ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਸਰੋਤਨ ਜੀ ਆਇਆਂ ਨੂੰ ਹੁਣੇ-ਹੁਣੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਰਾਇਆ ਗਿਆ ਹਸਪਤਲ 'ਚ ਦਾਖਲ ਹੋ ਰਹੀਆਂ ਅਰਦਾਸਾਂ ਤਾਜ਼ਾ ਵੱਡੀ ਖਬਰ ਆਈ ਹੈ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਵਾਲਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਭਾਰੀ ਸੁਰੱਖਿਆ ਵਿਚਕਾਰ ਪ੍ਰਕਾਸ਼ ਸਿੰਘ ਬਲ ਨੂੰ ਲੁਧਿਆਣਾ ਦੇ ਡੀਐਮ ਦੇ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਡੀਐਮ ਦੇ ਸਟਾਫ ਦੇ ਵੱਲੋਂ ਪੀਪੀ ਕਿੱਟਾ ਪਾ ਕੇ ਉਹਨਾਂ ਨੂੰ ਚੈੱਕਅਪ ਦੇ ਲਈ ਹਸਪਤਾਲ ਅੰਦਰ ਲਜਾਇਆ ਗਿਆ ਜਿਸ ਬਾਬਤ ਹੁਣ ਜਾਣਕਾਰੀ ਪ੍ਰਾਪਤਿਕ ਪ੍ਰਕਾਸ਼ ਸਿੰਘ ਬਲ ਨੂੰ ਪਿਛਲੇ 2-3 ਦਿਨਾਂ ਤੋਂ ਕੋਰੋਨਾ ਦੇ ਲੱਛਣ ਸਨ ਜਿਸ ਕਾਰਨ ਅੱਜ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਹਸਪਤਾਲ ਸਟਾਫ ਦੇ ਵੱਲੋਂ ਉਹਨਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਪੋਜ਼ਿਟਿਵ ਪਾਏ ਗਏ ਜਿ ਕਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਮਾਮਲੇ ਨੇ ਰਫਤਾਰ ਫੜ ਲਈ ਹੈ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਪੰਜਾਬ 'ਚ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਸਮੇਤ ਟੌਨ ਕਮਿਸ਼ਨ ਦੇ ਵੱਲੋਂ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਪੰਜਾਬ ਵਿੱਚ ਵੈਕਸੀਨੇਸ਼ਨ ਦਾ ਕੰਮ ਵੀ ਜੋਰਾਂ ਦੇ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਲਗਾਤਾਰ ਲੋ ਕੇਸ ਦੇ ਚ ਪੇੜ ਚਣੇ ਉਧਰ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਚੋਣ ਕਮਿਸ਼ਨ ਵੱਲੋਂ ਚੋਣ ਰੈਲੀਆਂ ਤੇ ਰੋਕ ਲਗਾਈ ਗਈ ਪਰ ਇਸ ਦੇ باوجود ਵੀ ਸਿਆਸੀ ਲੀਡਰ ਵੱਖ-ਵੱਖ ਤਰੀਕਿਆਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਦੂਜੇ ਪਾਸੇ ਕਰੋੜਾਂ ਦਾ ਕਹਿਰ ਵੀ ਲਗਾਤਾਰ ਵਾਦ੍ਰਿਦਾਸ ਆਪ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਦੇ ਚ ਪੇੜ ਚ ਆ ਗਏ ਨੇ ਤੇ ਖਬਰ ਉਹ ਲਾਸਤ ਦੇਖਣ ਲਈ ਤੁਹਾਡਾ ਬਹੁਤ ਬਹੁਤ